ਸਤਿ ਸ਼੍ਰੀ ਅਕਾਲ ਫਰੈਂਡਸ, ਅੱਜ ਆਪਾਂ ਆਲੂ ਮਟਰ ਦੀ ਸਬਜ਼ੀ ਬਣਾਵਾਂਗੇ ਤੇ ਇਹਦੇ ਵਾਸਤੇ ਆਪਾਂ ਹਰੇ ਮਟਰ ਲਏ ਆ ਤੇ ਮਟਰਾਂ ਦੇ ਜਿਹੜੇ ਦਾਣੇ ਆ ਉਹ ਆਪਾਂ ਕੱਢ ਲਏ ਪਹਿਲਾਂ ਹੀ। ਇੱਕ ਹਰਾ ਪਿਆਜ ਲਿਆ ਆ, ਦੋ ਪਿਆਜ ਲਏ ਨੇ ਤੇ ਲਸਣ ਲਿਆ ਆ ਆਪਾਂ, ਥੋੜਾ ਜਿਹਾ ਅਦਰਕ ਤੇ ਦੋ ਹਰੀਆਂ ਮਿਰਚਾਂ ਲਈਆਂ ਨੇ। ਹਰੀ ਮਿਰਚ ਆਪਾਂ ਥੋੜੀ ਘੱਟ ਪਾਵਾਂਗੇ ਕਿਉਂਕਿ ਆਪਾਂ ਲਾਲ ਮਿਰਚ ਦਾ ਇਸਤੇਮਾਲ ਵੀ ਕਰਨਾ ਆ। ਇੱਕ ਵੱਡੇ ਸਾਈਜ਼ ਦਾ ਟਮਾਟਰ ਆ ਤੇ ਤਿੰਨ ਆਲੂ ਨੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਆਪਾਂ ਕੱਟ ਕੇ ਤਿਆਰ ਕਰ ਲੈਂਦੇ ਹਾਂ। ਸਾਰੀਆਂ ਚੀਜ਼ਾਂ ਨੂੰ ਕੱਟ ਕੇ ਆਪਾਂ ਤਿਆਰ ਕਰ ਲਿਆ ਆ। ਆਲੂ ਆਪਾਂ ਕੱਟ ਦੇ ਕੇ ਨਾਲ ਦੀ ਨਾਲ ਇਹਨਾਂ ਨੂੰ ਪਾਣੀ ਦੇ ਵਿੱਚ ਭਿਓ ਦਿੱਤਾ ਸੀ ਤਾਂ ਕਿ ਇਹਦੇ ਨਾਲ ਕੀ ਹੋਊਗਾ ਕਿ ਆਲੂ ਨਹੀਂ, ਜੇ ਆਪਾਂ ਪਾਣੀ 'ਚ ਨਾ ਭਿਓਈਏ ਤਾਂ ਆਲੂ ਜਿਹੜੇ ਆ ਉਹ ਬਹੁਤ ਜਲਦੀ ਕਾਲੇ ਹੋ ਜਾਂਦੇ ਆ। ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਕੁੰਡੇ ਦੇ ਵਿੱਚ ਕੁੱਟ ਲਊਂਗੀ ਅਤੇ ਤੁਸੀਂ ਚਾਹਵੇ ਹੋ ਤਾਂ ਮਿਕਸੀ ਦੇ ਵਿੱਚ ਵੀ ਇਹਨਾਂ ਨੂੰ ਪੀਸ ਸਕਦੇ ਹੋ। ਜੇ ਤੁਸੀਂ ਮਿਕਸੀ ਦੇ ਵਿੱਚ ਪੀਸੋ ਤਾਂ ਇਹਨੂੰ ਬਿਲਕੁਲ ਮੋਟਾ ਮੋਟਾ ਹੀ ਪੀਸਣਾ, ਬਹੁਤ ਜ਼ਿਆਦਾ ਹੈ, ਇਹਨੂੰ ਬਰੀਕ ਨਹੀਂ ਕਰਨਾ। ਪਿਆਜ਼ ਪਾ ਲਵਾਂਗੇ ਪਹਿਲਾਂ ਆਪਾਂ, ਅਤੇ ਪਿਆਜ਼ ਨੂੰ ਆਪਾਂ ਥੋੜ੍ਹਾ ਕੁੱਟ ਲੈਂਦੇ ਹਾਂ। ਪਿਆਜ਼ ਜਿਹੜੇ ਆ ਸਾਡੇ ਕੁੱਟੇ ਗਏ ਆ, ਇਹਨਾਂ ਨੂੰ ਆਪਾਂ ਕੌਲੀ 'ਚ ਕੱਢ ਲੈਂਦੇ ਹਾਂ। ਹੁਣ ਹਰੇ ਪਿਆਜ਼ ਪਾ ਕੇ ਕੁੱਟ ਲਵਾਂਗੇ। ਸਾਰੀਆਂ ਚੀਜ਼ਾਂ ਨੂੰ ਆਪਾਂ ਕੁੱਟ ਕੇ ਤਿਆਰ ਕਰ ਲਿਆ ਜੀ, ਇਹਨੂੰ ਆਪਾਂ ਕੱਢ ਲਵਾਂਗੇ। ਡੇਢ ਕੜਛੀ ਆਪਾਂ ਇਹਦੇ ਵਿੱਚ ਰਿਫਾਇੰਡ ਤੇਲ ਦੀ ਪਾਈ ਆ ਤੇ ਤੇਲ ਸਾਡਾ ਜਿਹੜਾ ਹੁਣ ਗਰਮ ਹੋ ਗਿਆ ਆ। ਇਹਦੇ ਵਿੱਚ ਆਪਾਂ ਇੱਕ ਚਮਚਾ ਜਿਹੜਾ ਜੀਰੇ ਦਾ ਪਾ ਦਾਂਗੇ। ਜੀਰੇ ਨੂੰ ਹਲਕਾ ਜਿਹਾ ਪਹਿਲਾਂ ਆਪਾਂ ਭੁੰਨ ਲੈਣਾ ਆ। ਜਦੋਂ ਜੀਰਾ ਆਪਣਾ ਹਲਕਾ ਜਿਹਾ ਭੁੱਜ ਜਾਵੇ ਨਾਲ ਹੀ ਆਪਾਂ ਪਿਆਜ਼ ਕੁੱਟਿਆ ਹੋਇਆ ਪਾ ਦੇਣਾ ਆ। ਪਿਆਜ਼ ਨੂੰ ਆਪਾਂ ਉਦੋਂ ਤੱਕ ਭੁੰਨਣਾ ਆ ਜਦੋਂ ਤੱਕ ਸੁਨਹਿਰੇ ਰੰਗ ਦਾ ਨਹੀਂ ਹੋ ਜਾਂਦਾ। ਪਿਆਜ਼ ਜਿਹੜਾ ਸਾਡਾ ਆ ਦੇਖ ਸਕਦੇ ਹੋ ਤੁਸੀਂ ਭੁੱਜ ਗਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਸਾਡਾ ਕੁੱਟਿਆ ਹੋਇਆ ਅਦਰਕ ਤੇ ਲਸਣ ਆ ਇਹ ਪਾ ਦਾਂਗੇ। ਅਦਰਕ ਤੇ ਜਦੋਂ ਲਸਣ ਸਾਡਾ ਭੁੱਜ ਜਾਵੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਇਹਨੂੰ ਪਾ ਦਾਂਗੇ ਤੇ ਨਾਲ ਹੀ ਆਪਾਂ ਜਿਹੜਾ ਆਪਣਾ ਹਰਾ ਪਿਆਜ਼ ਲਿਆ ਸੀ ਆਪਾਂ ਉਹ ਵੀ ਪਾ ਦਾਂਗੇ। ਹਰੇ ਪਿਆਜ਼ ਨੂੰ ਤੁਸੀਂ ਬਿਲਕੁਲ ਅਖੀਰ ਤੇ ਹੀ ਪਾਉਣਾ ਆ ਜਦੋਂ ਟਮਾਟਰ ਪਾਉਣਾ ਆ ਕਿਉਂਕਿ ਇਹਦੇ ਵਿੱਚ ਜਿਹੜੀਆਂ ਭੂਕਾਂ ਹੁੰਦੀਆਂ ਆ ਜੇ ਆਪਾਂ ਪਹਿਲਾਂ ਇਹਦੇ ਵਿੱਚ ਪਾ ਦਿੰਦੇ ਤਾਂ ਉਹਨਾਂ ਨੇ ਛੇਤੀ ਸੜ ਜਾਣਾ ਸੀ, ਇਸ ਲਈ ਇਹਨਾਂ ਨੂੰ ਟਮਾਟਰ ਦੇ ਨਾਲ ਹੀ ਤੁਸੀਂ ਪਾਉਣਾ ਜਦੋਂ ਵੀ ਜੇ ਤੁਸੀਂ ਸਬਜ਼ੀ ਦੇ ਵਿੱਚ ਹਰੇ ਪਿਆਜ਼ ਦਾ ਇਸਤੇਮਾਲ ਕਰਦੇ ਹੋ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ। ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਭੁੰਨ ਲਿਆ ਆ। ਹੁਣ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਆ ਉਹ ਪਾ ਦਵਾਂਗੇ। ਲੂਣ ਪਾਵਾਂਗੇ ਆਪਾਂ ਇੱਕ ਚਮਚੇ ਤੋਂ ਥੋੜ੍ਹਾ ਜਿਹਾ ਜ਼ਿਆਦਾ।
एक चमचा हल्दी का, अद्धा एक चमचा लाल मिर्च पाउडर पानी है क्योंकि आपां उह भी पाया होया इहदे विच, हरी मिर्च भी आपां इहदे विच पाई हुई है, ते एक चमचा जिहड़ा धनिया पाउडर पा देंगे। मिक्स कर लेंगे आपां इहनूं, ते हुण आपां मसाले नूं चंगे तरीके दे नाल आपां भुनणा है 2-3 मिंट तक, जदों तक जिहड़ा घिओ है उहदा मसाले तों अलग नहीं हो जाता। मसाला साडा चंगे तरीके नाल भुन गया है, हुण आपां इहदे विच आलू पा देवांगे। आलू नूं आपां मसाले दे विच 2-2.5 मिंट लई इसे तरीके नाल भुनना है। आलू साडे भुज गए आ जी, हुण आपां इहदे विच हरे मटर पा देंगे। ਚੰਗੇ ਤਰ੍ਹਾਂ ਆਪਾਂ ਇਹਨੂੰ ਹਿਲਾ ਕੇ 1.5-2 ਮਿੰਟ ਤੱਕ ਇਸੇ ਤਰੀਕੇ ਨਾਲ ਭੁੰਨਾਂਗੇ। ਮਸਾਲਾ ਜਿੰਨਾ ਜ਼ਿਆਦਾ ਭੁੰਨਿਆ ਜਾਵੇ ਉਨੀ ਜ਼ਿਆਦਾ ਸਬਜ਼ੀ ਜਿਹੜੀ ਆ ਸਵਾਦ ਬਣਦੀ ਆ, ਅਤੇ ਇਹਨੂੰ ਇਸੇ ਤਰੀਕੇ ਨਾਲ ਭੁੰਨਦੇ ਰਵਾਂਗੇ ਹਲੇ ਆਪਾਂ। ਮਸਾਲੇ ਦੇ ਵਿੱਚ ਆਲੂ ਅਤੇ ਮਟਰ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਿਆ ਆ, ਅਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ। दो ढाई गिलास में पानी दे पाए हैं, तुसी अपने हिसाब नाल जिहड़ा पानी पा सकते हो। इहनूं आपां हिला के एक बारी चंगी तरह ते उपरों इहनूं ढक दांगे। ढक्कन चक के एक बारी चेक कर लैंदे आ, ਹਲੇ ਆਪਾਂ ਇਹਨੂੰ ਥੋੜੀ ਦੇਰ ਹੋਰ ਪੱਕਣ ਦੇਵਾਂਗੇ 3-4 ਮਿੰਟ ਲਈ। ਹਰਾ ਧਨੀਆ ਪਾ ਦਾਂਗੇ ਹੁਣ ਉਹਦੇ ਵਿੱਚ ਆਪਾਂ। ਸਬਜ਼ੀ ਸਾਡੀ ਬਣ ਕੇ ਤਿਆਰ ਹੋ ਗਈ ਹੈ, ਹੁਣ ਆਪਾਂ ਇਹਨੂੰ ਥੱਲੇ ਲਾ ਲਵਾਂਗੇ। ਸਬਜ਼ੀ ਨੂੰ ਆਪਾਂ ਡੋਂਗੇ 'ਚ ਕੱਟ ਲਾਂਗੇ। ਆਲੂ ਮਟਰ ਦੀ ਸਬਜ਼ੀ ਸਾਡੀ ਬਣ ਕੇ ਤਿਆਰ ਹੋ ਗਈ ਹੈ, ਤੁਸੀਂ ਇਹਨੂੰ ਰੋਟੀ ਦੇ ਨਾਲ, ਚਾਵਲ ਦੇ ਨਾਲ ਜਾਂ ਪਰਾਂਠੇ ਦੇ ਨਾਲ ਬਣਾ ਕੇ ਸਰਵ ਕਰ ਸਕਦੇ ਹੋ। ਇਸੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਬਣਾਓ ਅਤੇ ਖਾਓ। ਅਤੇ ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਅਤੇ ਆਪਣੇ ਕਮੈਂਟ ਜ਼ਰੂਰ ਦਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਆ, ਅਤੇ ਵੀਡੀਓ ਦੇਖਣ ਲਈ ਧੰਨਵਾਦ, ਅਤੇ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਅਸੀਂ ਕੋਈ ਵੀ ਨਵੀਂ ਵੀਡੀਓ ਪਾਈਏ ਉਹਦੀ ਵੀਡੀਓ ਜਿਹੜੀ ਤੁਹਾਡੇ ਤੱਕ ਆਰਾਮ ਨਾਲ ਪਹੁੰਚ ਸਕੇ। ਸਤਿ ਸ਼੍ਰੀ ਅਕਾਲ।